ਕਾਲੀ ਥਾਰ ਦੇ ਵਿੱਚ ਨੌਜਵਾਨ ਗੇੜੀਆਂ ਮਾਰ ਰਹੇ ਸਨ ਜਿਸ ਦੇ ਉੱਤੇ ਲਿਖਿਆ ਸੀ ਆਣ ਮਿਲੋ ਅੜੀ ਸੋ ਚੜੇ ਤੇ ਇਸੇ ਤੋਂ ਬਾਅਦ ਪੰਜਾਬ ਪੁਲਿਸ ਇਹਨਾਂ ਨੌਜਵਾਨਾਂ ਨੂੰ ਮਿਲਦੀ ਹੈ ਤੇ ਉਸ ਤੋਂ ਬਾਅਦ ਜਦੋਂ ਥਾਰ ਦੀ ਤਲਾਸ਼ੀ ਲਈ ਗਈ ਤਾਂ ਵਿੱਚੋਂ ਡਰੱਗ ਮਨੀ ਬਰਾਮਦ ਹੋਈ ਹੈ ਜੀ ਆ ਦੱਸ ਦਈਏ ਕਿ ਨੌਜਵਾਨ ਦੇ ਵੱਲੋਂ ਜੋ ਹੈ ਦੱਸ ਦਈਏ ਕਿ ਗੇੜੀਆਂ ਲਾਈਆਂ ਜਾ ਰਹੀਆਂ ਸਨ ਫਿਰੋਜ਼ਪੁਰ ਦੇ ਅੰਦਰ ਘੁੰਮ ਰਹੀ ਕਾਲੇ ਰੰਗ ਦੀ ਥਾਰ ਤੇ ਲਿਖਿਆ ਹੋਇਆ ਸੀ ਆਣ ਮਿਲੋ ਤੇ ਅੜੇ ਸੁਚੜੇ ਜਿਸ ਦੇ ਵਿੱਚ 15 ਲੱਖ ਰੁਪਏ ਦੀ ਡਰੱਗ ਮਨੀ ਜਿਹੜੀ ਬਰਾਮਦ ਹੋਈ ਹੈ ਸੋ ਫਿਰੋਜ਼ਪੁਰ CID ਸਟਾਫ ਨੂੰ ਇੱਕ ਗੁਪਤ ਸੂਚਨਾ ਮਿਲੀ ਸੀ ਕਿ ਇੱਕ ਕਾਲੇ ਰੰਗ ਦੀ ਥਾਰ ਦੇ ਵਿੱਚ ਕੁਝ ਲੋਕ 15 ਲੱਖ ਰੁਪਏ ਦੀ ਡਰੱਗ ਮਨੀ ਲੈ ਕੇ ਜਾ ਰਹੇ ਨੇ ਜਿਸ ਤੇ ਕਾਰਵਾਈ ਕਰਦਿਆਂ CID ਸਟਾਫ ਡਰੱਗ ਮਨੀ ਦੇ ਸਮੇਤ ਜਿਹੜਾ ਦੱਸਦੀ ਕਿ ਥਾਰ ਨੂੰ ਕਬਜ਼ੇ ਦੇ ਵਿੱਚ ਲੈ ਕੇ ਅਗਲੀ ਕਾਰਵਾਈ ਪੁਲਿਸ ਦੇ ਵੱਲੋਂ ਸ਼ੁਰੂ ਕਰ ਦਿੱਤੀ ਗਈ ਹੈ ਫਿਰੋਜ਼ਪੁਰ CID ਸਟਾਫ ਨੇ ਇੱਕ ਕਾਲੇ ਰੰਗ ਦੀ ਥਾਰ ਕਾਬੂ ਕੀਤੀ ਹੈ ਤਲਾਸ਼ੀ ਦੇ ਦੌਰਾਨ 15 ਲੱਖ ਰੁਪਏ ਦੀ ਡਰੱਗ ਮਨੀ ਬਰਾਮਦ ਹੋਈ ਹੈ ਜਿਸ ਦੀ ਜਾਣਕਾਰੀ ਦਿੰਦੇ SHO ਦੇ ਵੱਲੋਂ ਦੱਸਿਆ ਗਿਆ ਕਿ ਉਹਨਾਂ ਨੂੰ ਇਤਲਾਹ ਮਿਲੀ ਸੀ ਕਿ ਇੱਕ ਕਾਲੇ ਰੰਗ ਦੀ ਥਾਰ ਹੈ ਜਿਸ ਦੇ ਵਿੱਚ ਜੋ ਸਵਾਰ ਨਾਮ ਵੀ ਦੱਸੇ ਗਏ ਨੇ ਪਿੰਡ ਪੀਰ ਇਸ ਮਹਿਲਾ ਖਾਨ ਦਾ ਜਿਹੜਾ ਵਿਅਕਤੀ ਹੈ ਰਹਿਣ ਵਾਲਾ ਉੱਥੋਂ ਦਾ ਜੋ ਨਸ਼ਾ ਵੇਚਣ ਦਾ ਕੰਮ ਕਰਦਾ ਹੈ ਜਿਸ ਦੀ ਕਾਲੇ ਰੰਗ ਦੀ ਥਾਰ ਨੂੰ ਜਦ ਕਾਬੂ ਕੀਤਾ ਗਿਆ 15 ਲੱਖ ਰੁਪਏ ਦੀ ਡਰੱਗ ਮਨੀ ਬਰਾਮਦ ਹੋਈ ਹੈ ਤੇ ਪਹਿਲਾਂ ਵੀ ਕਈ ਮਾਮਲੇ ਇਸ ਤੇ ਦਰਜ ਨੇ ਨਾਮ ਵੀ ਵਿਅਕਤੀ ਦਾ ਦੱਸਿਆ ਗਿਆ ਪੁਲਿਸ ਦੇ ਵੱਲੋਂ ਉਸ ਕੋਲੋਂ ਹੋਰ ਪੁੱਛਗਿੱਛ ਕੀਤੀ ਜਾ ਰਹੀ ਹੈ ਉਸਨੇ ਕਿੱਥੇ ਕਿੱਥੇ ਨਸ਼ਾ ਵੇਚਿਆ ਕਿੱਥੋਂ ਕਿੱਥੋਂ ਡਰੱਗ ਮਨੀ ਲਈ ਇਸ ਬਾਰੇ ਪੁਲਿਸ ਦੇ ਵੱਲੋਂ ਉਸ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ ਜੀ ਮਿਤੀ 23/9 ਨੂੰ ASI ਨਰਿੰਦਰ ਸਿੰਘ CID ਸਟਾਫ ਵੱਲੋਂ ਇੱਕ ਸ਼ੱਕੀ ਗੱਡੀ ਜਿਹੜੀ ਥਾਰ ਸੀ ਉਹਦੇ ਵਿੱਚ ਜਿਹੜਾ ਗੱਡੀ ਸਵਾਰ ਸੀਗਾ ਬਿੰਦਰ ਸਿੰਘ ਜੋ ਉਹਨੂੰ ਮੁਖਬਰੀ ਸੀਗੀ ਨਸ਼ੇ ਦਾ ਕੰਮ ਕਰਦਾ ਉਹ ਕਾਬੂ ਕੀਤੀ ਗਈ ਜਿਹਦੀ ਸਰਚ ਦੌਰਾਨ 15 ਲੱਖ ਰੁਪਇਆ ਡਰੱਗ ਮਨੀ ਸਰ ਬਰਾਮਦ ਹੋਈ ਹੈ ਜਿਸ 'ਤੇ ਅਸੀਂ FIR ਲੌਂਚ ਕੀਤੀ ਹੈ ਅੱਗੇ ਸਰ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਕਿ ਇਹਦੇ ਕਿੰਨੇ ਨਾਲ ਲਿੰਕ ਹੈਗੇ ਸੀਗੇ ਬਿਲਕੁਲ ਜੀ ਅਸੀਂ ਇਹਦਾ ਰਿਮਾਂਡ ਲੈ ਲਿਆ ਮਾਨਯੋਗ ਅਦਾਲਤ ਤੋਂ ਅਤੇ ਇਹਦੇ ਫਾਰਵਰਡ ਅਤੇ ਬੈਕਵਰਡ ਲਿੰਕ ਇਹਨੇ ਕਿੱਥੇ ਕਿਤੇ ਵੇਚੀ ਕਿੱਥੋਂ ਕਿਤੇ ਹੋਰ ਪੈਸਾ ਆ ਪ੍ਰੋਪਰ ਜਾਂਚ ਕਰਾਂਗੇ ਇਹ ਸਰ ਫਿਰੋਜ਼ਪੁਰ ਦਾ ਹੀ ਰਹਿਣ ਵਾਲਾ ਜੀ ਬਿਲਕੁਲ ਇਹ ਫਿਰੋਜ਼ਪੁਰ ਦਾ ਪੀਰ ਇਸਮਾਇਲ ਖਾਂ ਪਿੰਡ ਹੈ ਉੱਥੋਂ ਦਾ ਰਹਿਣ ਵਾਲਾ ਜੀ ਇਹ ਸਰ ਇਹਦੇ ਪਹਿਲੇ ਵੀ ਕੋਈ ਮੁਕੱਦਮੇ ਦਰਜ ਹੈਗੇ ਆ ਜੀ ਇਹਦੇ 'ਤੇ ਮੁਕੱਦਮਾ ਨਹੀਂ ਦਰਜ ਬਟ ਹਜੇ ਤੱਕ ਸਾਹਮਣੇ ਆਇਆ ਕਿ ਇਹਦਾ ਇਹਦਾ ਬੇਟਾ ਹੈ ਜਿਹਦੇ 'ਤੇ ਪਹਿਲੇ ND ਦੇ ਮੁਕੱਦਮੇ ਹੈਗੇ ਆ ਤਫਤੀਸ਼ ਜਾਰੀ ਹੈ ਜੀ ਅਜੇ ਜੀ ਮਿਤੀ 23/9 ਨੂੰ ASI ਨਰਿੰਦਰ ਸਿੰਘ CID ਸਟਾਫ ਵੱਲੋਂ ਇੱਕ ਸ਼ੱਕੀ ਗੱਡੀ ਜਿਹੜੀ ਥਾਰ ਸੀ ਉਹਦੇ ਵਿੱਚ ਜਿਹੜਾ ਗੱਡੀ ਸਵਾਰ ਸੀਗਾ ਬਿੰਦਰ ਸਿੰਘ ਜੋ ਉਹਨੂੰ ਮੁਖਬਰੀ ਸੀਗੀ ਨਸ਼ੇ ਦਾ ਕੰਮ ਕਰਦਾ ਉਹ ਕਾਬੂ ਕੀਤੀ ਗਈ ਜਿਹਦੀ ਸਰਚ ਦੌਰਾਨ 15 ਲੱਖ ਰੁਪਇਆ ਡਰੱਗ ਮਨੀ ਸਰ ਬਰਾਮਦ ਹੋਈ ਹੈ ਜਿਸ 'ਤੇ ਅਸੀਂ FIR ਲੌਂਚ ਕੀਤੀ ਹੈ ਅੱਗੇ ਸਰ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਕਿ ਇਹਦੇ ਕਿੰਨੇ ਨਾਲ ਲਿੰਕ ਹੈਗੇ ਸੀਗੇ ਬਿਲਕੁਲ ਜੀ ਅਸੀਂ ਇਹਦਾ ਰਿਮਾਂਡ ਲੈ ਲਿਆ ਮਾਨਯੋਗ ਅਦਾਲਤ ਤੋਂ ਅਤੇ ਇਹਦੇ ਫਾਰਵਰਡ ਅਤੇ ਬੈਕਵਰਡ ਲਿੰਕ ਇਹਨੇ ਕਿੱਥੇ ਕਿਤੇ ਵੇਚੀ ਕਿੱਥੋਂ ਕਿਤੇ ਹੋਰ ਪੈਸਾ ਆ ਪ੍ਰੋਪਰ ਜਾਂਚ ਕਰਾਂਗੇ ਇਹ ਸਰ ਫਿਰੋਜ਼ਪੁਰ ਦਾ ਹੀ ਰਹਿਣ ਵਾਲਾ ਜੀ ਬਿਲਕੁਲ ਇਹ ਫਿਰੋਜ਼ਪੁਰ ਦਾ ਪੀਰ ਇਸਮਾਇਲ ਖਾਂ ਪਿੰਡ ਹੈ ਉੱਥੋਂ ਦਾ ਰਹਿਣ ਵਾਲਾ ਜੀ ਇਹ ਸਰ ਇਹਦੇ ਤੇ ਪਹਿਲੇ ਵੀ ਕੋਈ ਮੁਕੱਦਮੇ ਦਰਜ ਹੈਗੇ ਆ ਜੀ ਇਹਦੇ 'ਤੇ ਮੁਕੱਦਮਾ ਨਹੀਂ ਦਰਜ ਬਟ ਹਜੇ ਤੱਕ ਸਾਹਮਣੇ ਆਇਆ ਕਿ ਇਹਦਾ ਇਹਦਾ ਬੇਟਾ ਹੈ ਜਿਹਦੇ 'ਤੇ ਪਹਿਲੇ ND ਦੇ ਮੁਕੱਦਮੇ ਹੈਗੇ ਆ ਤਫਤੀਸ਼ ਜਾਰੀ ਹੈ ਜੀ ਅਜੇ